ਹੈਲੋ, ਪਰਮ ਸਤਿਕਾਰਯੋਗ ਇਸ ਮਹਾਨ ਗੀਤਕਾਰ ਮਹਾਨ ਗਾਇਕ ਦੇ ਇਸ ਸਮਾਗਮ ਵਿੱਚ ਤੁਸੀਂ ਤਸ਼ਰੀਫ ਲਿਆਏ ਹੋ, ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਕੋਟ ਕੋਟ ਧੰਨਵਾਦ। ਬਹੁਤ ਸਾਰੇ ਕਲਾਕਾਰ ਹਾਜ਼ਰ ਹੋ ਗਏ ਨੇ, ਕਹਿੰਦੇ ਜਿਉਣਾ ਸਫਲ ਉਹਨਾਂ ਦਾ ਬਾਹੂ, ਲੱਗਣ ਜਿਹਨਾਂ ਦੇ ਮੇਲੇ, ਜਿਹਨਾਂ ਦੇ ਨਾਂ ਤੇ ਮੇਲੇ ਲੱਗਦੇ ਆ ਉਹ ਸਦਾ ਅਮਰ ਨੇ। ਉਹ ਜਿੰਨਾ ਚਿਰ ਦੁਨੀਆਂ ਕਾਇਮ ਆ ਉਹਨਾਂ ਚਿਰ ਕਾਇਮ ਹੈ। ਦਰਦਾਰ ਸੰਧੂ ਦੇ ਨਾਂ ਦੀ ਤਾੜੀਆਂ ਮਾਰ ਦਿਓ। ਸਰਦਾਰ ਮਲਕੀਤ ਸਿੰਘ ਡਾਖਾ ਮੇਰੇ ਬਹੁਤ ਸਤਿਕਾਰਯੋਗ ਨੇ, ਮੇਰੇ ਵੱਡੇ ਭਰਾ ਨੇ, ਕਿਉਂਕਿ ਬਾਬਾ ਜੀ ਇਹ ਸਾਰੇ ਜਿਹਨੇ ਮੂਹਰੇ ਤਸ਼ਰੀਫ ਰਵਾ ਨੇ, ਇਹ ਸਾਰੇ ਸਾਡੇ ਨਾਲੋਂ ਵੱਡੇ ਕਲਾਕਾਰ ਨੇ। ਕਲਾਕਾਰ ਇਹ ਨਹੀਂ ਵੀ ਰਿਕਾਰਡ ਹੋ ਜਾਏ, ਜਿਹੜੀ ਕਲਾ ਇਹਨਾਂ 'ਚ ਸਾਡੇ 'ਚ ਹੈ ਨਹੀਂ, ਕਿਉਂਕਿ ਡਾਖਾ ਸਾਹਿਬ ਨਾਲ ਮੈਂ ਬਾਹਰਲੇ ਕਨੇਡਾ ਅਮੈਰੀਕਾ ਵੀ ਟੂਰ ਕੀਤੇ ਆ, ਜਿਹੜੀ ਉੱਥੇ ਨੇ ਮੈਂ ਕਲਾ ਦੇਖੀ, ਸਾਡੀ ਕਲਾ ਤਾਂ ਟਕੇ ਦੀ ਹੈ ਨਹੀਂ ਗੀ, ਇੰਨੀ ਕਲਾ ਭਰੀ ਪਈ ਇਹਨੇ 'ਚ। ਇੱਕ ਵਾਰੀ ਤਾੜੀਆਂ ਮਾਰੋ ਸਾਡੇ ਵੱਡੇ ਭਰਾ ਦੇ ਨਾਂ ਦੀਆਂ। ਡਾਖਾ ਸਾਹਿਬ ਨੇ ਨਾਲ ਗਰੇਵਾਲ ਸਾਹਿਬ ਬੈਠੇ ਆ, ਸਾਰੇ ਮਹਾਨ ਸ਼ਖਸੀਅਤਾਂ। ਮੇਰਾ ਗਾਉਣ ਭੁੱਲਦਾ ਜਾਂਦਾ ਤੁਹਾਨੂੰ ਦੇਖ ਕੇ, ਪਰ ਮੈਂ ਇੰਨਾ ਢੀਠ ਹਾਂ, ਗਾਊਗਾ ਜ਼ਰੂਰ, ਕੋਈ ਪਰਵਾਹ ਨਹੀਂ, ਜਿੰਨੇ ਮਰਜ਼ੀ ਬਹਿ ਜਾਓ, ਕਿਉਂਕਿ ਤੁਹਾਡਾ ਹੀ ਬਣਾਇਆ ਹੋਇਆ, ਐਡਾ ਮੈਂ ਕੱਚਾ ਕੂੜਾ ਨਹੀਂ ਗਾ ਜਿਹਦਾ ਮੈਂ ਡਰ ਜਾਵਾਂ ਕਿਸੇ ਤੋਂ। ਸਰਦਾਰ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਕਲਾਕਾਰ ਪੈਦਾ ਕੀਤੇ ਆ, ਸਾਡੀ ਵਾਰ ਪਤਾ ਨਹੀਂ ਕਣਕ ਮੱਕੀ ਸਾਨੂੰ ਨਹੀਂ ਪੈਦਾ ਕਰ ਰਹੇ। ਸਾਡੇ ਇੱਕ ਬੰਦਾ ਮੇਰੇ ਤੇ ਕੈਸਰ ਕਰਨ ਲੱਗਿਆ, ਕਹਿੰਦਾ ਬੁੱਢੇ ਘੋੜੇ ਦੇ ਕੋਈ ਪੈਸੇ ਲਾਉਣਾ। ਮੈਂ ਕਿਹਾ ਬੁੱਢਾ ਕਈਆਂ ਨੂੰ ਬੁੱਢਾ ਕਰਕੇ ਬੁੱਢਾ ਹੋਊਗਾ, ਐਡਾ ਕੱਚਾ ਕੋਲਾ ਬੁੱਢਾ ਨੀਗਾ। ਮੈਂ ਬਹੁਤ ਬਹੁਤ ਸ਼ੁਕਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਪਰਮ ਮਿੱਤਰਾਂ ਚੋਂ ਜਿਹਨਾਂ ਦਾ ਅਸ਼ੋਕ ਬਾਂਸਲ ਜੀ, ਜਿਹਨਾਂ ਦਾ ਇਸ ਕਲਾਕਾਰੀ ਵਿੱਚ ਸੱਭਿਆ 'ਚ ਬਹੁਤ ਵੱਡਾ ਯੋਗਦਾਨ ਹੈ, ਕਾਕਾ ਫੂਲ ਵਾਲਾ ਕਰਮ ਬਰਾੜ ਜੀ, ਇਹ ਤਿੰਨਾਂ ਪੀੜ੍ਹੀਆਂ ਤੋਂ ਇੱਥੇ ਆਉਂਦੇ। ਜਦੋਂ ਦਰਦਾਰ ਭਾਜੀ ਦਾ ਸ਼ੁਰੂ ਸ਼ੁਰੂ ਮੇਲਾ ਲੱਗਿਆ, ਉਸ ਤੋਂ ਪਹਿਲਾਂ ਇਹਨਾਂ ਦੇ ਬਜ਼ੁਰਗ ਆਉਂਦੇ ਹੁੰਦੇ ਸੀ, ਇਹਨਾਂ ਦੇ ਚਾਚੇ ਤਾਏ ਮਾਮੇ ਆਉਂਦੇ, ਉਹ ਇਸ ਦੁਨੀਆਂ 'ਤੇ ਰਹੇ, ਹੁਣ ਇਹ ਆ ਰਿਹਾ, ਤਾੜੀਆਂ ਮਾਰਦੇ ਉਹਨਾਂ ਨਾਲ ਦੇ ਪਰਿਵਾਰ ਦੀਆਂ। ਮੈਂ ਕਈ ਵਾਰੀ ਗੱਲ ਕਰਦਾ, ਗੀਤ ਬਹੁਤ ਸਾਰੇ ਲੋਕਾਂ ਨੇ ਗਾਉਣੇ, ਬਹੁਤ ਵਧੀਆ ਜੀ, ਕੋਈ ਗੱਲ ਨਹੀਂ, ਪੈਸੇ ਪੈਸੇ ਤੋਂ ਬਗੈਰ ਵੀ ਸਰ ਜੂਗਾ, ਘਰ ਦਾ ਪ੍ਰੋਗਰਾਮ ਆ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਗੱਲ ਕਰਦਾ ਵੀ ਇੱਕ ਬਹੁਤ ਵੱਡਾ ਸ਼ਾਇਰ ਹੋਇਆ ਹਿੰਦੁਸਤਾਨ ਦੇ, ਗੋਰਖ ਫਰਾਕਪੁਰੀ, ਗੋਰਖ ਫਰਾਕਪੁਰੀ ਦਾ ਕਿਸੇ ਨੇ ਜਗਮੋਹਣ ਦੇ ਨਾਂ ਦੀਆਂ ਤਾੜੀਆਂ ਮਾਰੋ, ਜਿਹੜੇ ਵਾਰਸ ਨੇ ਦਰਦਾਰ ਸੰਧੂ ਜੀ ਦੇ, ਜਿਹੜੇ ਨੇਕ ਪੁੱਤ ਨੇ, ਤਾੜੀਆਂ ਮਾਰਦੇ ਨਾਂ ਦੀਆਂ। ਉਹਨਾਂ ਦਾ ਸ਼ੇਰ ਆ ਬਈ, ਆਨੇ ਵਾਲੀ ਨਸਲੇ ਮਜਬੂਰ ਫਖਰ ਕਰੇਗੀ ਜਾਣੇ ਮਨ, ਜਦ ਉਨਕੋ ਧਿਆਨ ਆਏਗਾ ਤੁਮਨੇ ਫਰਾਕ ਕੋ ਦੇਖਾ ਥਾ। ਸਾਨੂੰ ਇਸ ਚੀਜ਼ ਦਾ ਮਾਣ ਹੈ, ਅਸੀਂ ਦਰਦਾਰ ਸੰਧੂ ਦੇ ਨਾਲ ਜ਼ਿੰਦਗੀ ਦੇ ਬਹੁਤ ਕੀਮਤੀ ਪਲ ਕੱਟੇ, ਅਸੀਂ ਮਹਾਨ ਕਲਾਕਾਰ ਦੇ ਨਾਲ ਰਹੇ, ਸਾਨੂੰ ਇਸ ਚੀਜ਼ ਦਾ ਫਖਰ ਆ ਵੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਅਸੀਂ ਉਹਨਾਂ ਨਾਲ ਖਰਚਿਆ, ਅਸੀਂ ਉਹਨਾਂ ਦੀ ਸੰਗਤ ਬਾਣੀ ਆ, ਅਸੀਂ ਆਪਣੇ ਆਪ ਨੂੰ ਵਡਭਾਗ ਸਮਝਦੇ ਹਾਂ। ਅਤੇ ਡਾਖਾ ਸਾਹਿਬ ਨੇ ਜਿਹੜੀਆਂ ਰੋਡਸ ਆਈਆਂ ਨੇ ਇਹ ਸੰਧੂ ਸਾਹਿਬ ਦੇ ਨਾਂ ਦੀਆਂ, ਉਹ ਰਖਾਈਆਂ ਸੀ ਦਰਦਾਰ ਸੰਧੂ ਰੋਡ 'ਤੇ। ਡਾਖਾ ਸਾਹਿਬ ਦੇ ਨਾਲ ਤਾੜੀਆਂ ਮਾਰ ਦਿਓ ਬਾਬਾ ਜੀ ਦੇ, ਕਿਉਂਕਿ ਮੈਂ ਇੱਕ ਦੋ ਗੀਤ ਗਾਉਣੇ। ਮੇਰੇ ਬਹੁਤ ਪਰਮ ਮਿੱਤਰ ਬਲਬੀਰ ਲਹਿਰੇ ਵਾਲਾ ਪਿੱਛੇ ਬੈਠੇ ਨੇ, ਮਨਦੀਪ ਮਾਨੀਵਾਲ, ਬਹੁਤ ਸਾਰੀ ਸ਼ਖਸੀਅਤਾਂ ਬੈਠੀਆਂ ਨੇ, ਕਾਕਾ ਫੂਲ ਵਾਲਾ, ਸਾਰੇ ਬਹੁਤ ਵੱਡੇ ਨੇ, ਸਾਰੇ ਮੇਰੇ ਤੋਂ ਸੋਹਣੇ ਨੇ। ਹੁਣ ਮੈਂ ਇਕੱਲੇ ਸਾਰੇ ਦਾ ਠੇਕਾ ਲਿਆ ਹੋਇਆ, ਮੈਂ ਹੋਰ ਕੰਮ ਵੀ ਕਰਨੇ। ਪੰਜਵਾਂ ਕਲਾ ਦਿਓ ਇੱਕ ਸ਼ੇਰ ਆ, ਸਕੂਨੇ ਦਿਲ ਕੇ ਲਈ ਕੁਛ ਤੋਂ ਐਤਰਾਮ ਕਰੂੰ,
जरा नजर तो मिले फिर उससे सलाम करूं। मुझे तो होश नहीं, आप मशवरा दीजिए। मुझे तो होश नहीं, आप मशवरा दीजिए। कहां से छेड़ूं अफसाना, कहां तमाम करूं। बहुत सारे गीत ने पता नहीं लगता किड़ा शुरू करिए किड़ा ना करिए। एक गीत क्योंकि पाली देता ये राज मैंने मड़िया सी मेरा जी की तबर धियां भैन गीत गाइए साड़िया भैन बच्चिया बैठिया एक गीत धियां भैन। हाँ जी कली बाग विच हसदियां कली बाग विच हसदियां कली बाग विच हसदियां पागां वाला बाप जग ते ਪਾਗਾਂ ਵਾਲਾ ਬਾਪ ਜਗ ਤੇ ਸੁਖੀ ਧੀ ਜੀ ਦੀ ਵਸਦੀ ਆ ਓ ਸੁਖੀ ਧੀ ਜੀ ਦੀ ਵਸਦੀ ਆ ਓ ਸੁਖੀ ਧੀ ਜੀ ਦੀ ਵਸਦੀ ਆ ਸੁਰਿੰਦਰ ਗਿੱਲ ਦੁਗਰੀ ਆ ਜੀ ਜਿੰਨੇ ਵੀ ਅੱਜ ਤੱਕ ਰਿਕਾਰਡ ਹੈ ਜਿੰਨੇ ਵੀ ਪੰਜਾਬ ਦੇ ਰਿਕਾਰਡ ਆਏ ਆ ਇਹ ਸਾਰੇ ਇਹ ਸਾਡੇ ਵੀਰ ਨੇ ਸਾਂਭੇ ਹੋਏ ਨੇ ਇਹ ਜਿਹੜੇ ਸੱਭਿਆਚਾਰ ਦੇ ਆਸ਼ਕ ਨੇ ਜਿਹੜੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਨੇ ਇਹਨਾਂ ਨਾਲ ਤਾੜੀਆਂ ਮਾਰ ਦਿਓ ਬਹੁਤ ਬਹੁਤ ਸ਼ੁਕਰੀਆ ਇਹ ਕਾਕਾ ਕਾਕਾ ਫੂਲ ਵਾਲਾ ਗੁਰਮੁਖ ਸਿੰਘ ਲਾਲੀ ਦਾਖਾ ਸਾਹਿਬ ਇਹ ਲਾਲੀ ਸਾਹਿਬ ਜਿਹੜੇ ਨੇ ਇਹਨਾਂ ਨੂੰ ਜਿੰਨੇ ਰਿਕਾਰਡ ਅੱਜ ਤੱਕ ਆਏ ਨੇ ਇਹਨਾਂ ਨੂੰ ਸੇਡ ਅਵਾਰਡ ਮਿਲਿਆ ਹੋਇਆ ਇਹ ਸੱਭਿਆਚਾਰ ਦੇ ਆਸ਼ਕ ਅਸਲੀ ਇਹ ਲੋਕ ਨੇ ਜਿਹਨਾਂ ਅਸੀਂ ਰਿਕਾਰਡ ਕਰਾ ਕੇ ਭੁੱਲ ਗਏ ਨੇ 125 ਸਾਲ ਦਾ ਰਿਕਾਰਡ ਵੀ ਇਹਨਾਂ ਕੋਲ ਪਿਆ ਕੁਝ ਤਾੜੀਆਂ ਮਾਰ ਦਿਓ ਇਹਨਾਂ ਦਾ ਕੋਈ ਤਨਖਾਹ ਨਹੀਂ ਗੀ ਕੋਈ ਇਹਨਾਂ ਸਰਕਾਰੀ ਕੰਮ ਨਹੀਂ ਸਿਰਫ ਆਸ਼ਕ ਹੈ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਮਿਹਰਬਾਨੀ ਇਹ ਦਰਸ਼ਨ ਬਰਸਾਲਾਂ ਵਾਲਾ ਮੇਰਾ ਮਿੱਤਰ ਆ ਐ ਨਾ ਵੀ ਰਾਤਾਂ ਛੋਟੀਆਂ ਸੱਜਣ ਬਥੇਰੇ ਕਿਹਦਾ ਕਿਹਦਾ ਮਾਣ ਰੱਖ ਲਾਂ ਮੈਨੂੰ ਸਾਰਿਆਂ ਦਾ ਨਾਂ ਬਣਨਾ ਪੈਂਦਾ ਜੀ ਇਹ ਪੁਰਾਣਾ ਮਿੱਤਰ ਹੈ ਅਸੀਂ ਇਕੱਠੇ ਨੇ ਸਟਰਗਲ ਕੀਤੀ ਆ ਮੇਰਾ ਥੋੜ੍ਹਾ ਜ਼ਿਆਦਾ ਦਾਰ ਲੱਗ ਗਿਆ ਤਾਂ ਘੱਟ ਲੱਗਿਆ ਗੀਤਕਾਰ ਮੇਰੇ ਤੋਂ ਵੱਡਾ ਨਿੰਮੀ ਨਿੰਮੀ ਪੈਂਦੀ ਆ ਕਣੀ ਮੈਂ ਤੇ ਮੇਰਾ ਰੱਬ ਜਾਣਦਾ ਕੀ ਮੇਰੇ ਦਿਨ ਤੇ ਬਣੀ ਸੁਰਿੰਦਰ ਸ਼ਿੰਦਾ ਜੀ ਗੁਰਸ਼ ਜੀ ਨੇ ਕਰਾਇਆ ਸੀ ਗੀਤ ਬਹੁਤ ਸਾਰੇ ਗੀਤ ਕਰਾਏ ਬਹੁਤ ਵਧੀਆ ਬਹੁਤ ਮਿਹਰਬਾਨੀ ਕੱਲੀ ਬਾਗ ਵਿੱਚ ਹੱਸਦੀਆਂ ਕੱਲੀ ਬਾਗ ਵਿੱਚ ਹੱਸਦੀਆਂ ਪਾਗਾਂ ਵਾਲਾ ਪਾਪ ਜਗ ਤੇ
ਝਾਗ ਵਾਲਾ ਬਾਪ ਜਗਤੇ ਸੁਖੀ ਤੀਜੀ ਦਿਵਸ ਦੀਆ ਹੋ ਸੁਖੀ ਤੀਜੀ ਦਿਵਸ ਦੀਆ ਸੁਖੀ ਤੀਜੀ ਦਿਵਸ ਦੀਆ ਇਹ ਸਰਦਾਰ ਗੁਲਾਬ ਸਿੰਘ ਜੀ ਭੱਟੀ ਵਾਲੇ ਤੋਂ ਸੰਧੂ ਸਾਹਿਬ ਦੇ ਬਹੁਤ ਪੁਰਾਣੇ ਮਿੱਤਰਾਂ ਚੋਂ ਅੱਜ ਕੱਲ ਐਸਾ ਮਾਹੌਲ ਆ ਵੀ ਕਲਾਕਾਰ ਸਾਲ ਬਾਅਦ ਕਲਾਕਾਰ ਬਦਲ ਜਾਂਦੇ ਨੇ ਛੇ ਮਹੀਨੇ ਬਾਅਦ ਉਹਦੇ ਮਿੱਤਰ ਬਦਲ ਜਾਂਦੇ ਆ ਕਦੀ ਕੋਈ ਮਿੱਤਰ ਕਦੀ ਕੋਈ ਇਹ ਮਿੱਤਰ ਨੇ ਜਿਹੜੇ ਸਾਰੀ ਜ਼ਿੰਦਗੀ ਦੇ ਦਰਦਾਰ ਸੰਧੂ ਦੇ ਮਿੱਤਰ ਨੇ ਕਿਹੜੀ ਕਿਹੜੀ ਤੋਂ ਚੱਲ ਕੇ ਆਉਂਦੇ ਆ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਬਾਜੀ ਅਨੁਭਵ ਕਿਸੇ ਕੰਮ ਨੂੰ ਮੈਂ ਨਾ ਨਾ ਕਵਾਂ ਕਿਸੇ ਕੰਮ ਨੂੰ ਮੈਂ ਨਾ ਨਾ ਕਵਾਂ ਕੰਮ ਨੂੰ ਮੈਂ ਨਾ ਨਾ ਕਵਾਂ ਕਿਸੇ ਕੰਮ ਨੂੰ ਮੈਂ ਨਾ ਨਾ ਕਵਾਂ ਜੇ ਤੂੰ ਸੱਸੇ ਮਾਂ ਬਣ ਜੇ ਜੇ ਤੂੰ ਸੱਸੇ ਮਾਂ ਬਣ ਜੇ ਮੈਂ ਕਦੇ ਪੇਕਿਆਂ ਦਾ ਨਾ ਨਾ ਲਵਾ ਮੈਂ ਕਦੇ ਪੇਕਿਆਂ ਦਾ ਨਾ ਲਵਾ ਭਾਜੀ ਕੁਲਦੀਪ ਸਿੰਘ ਜੀ ਇਹ ਮਹਿਤਪੁਰ ਵਾਲੇ ਬਹੁਤ ਵਧੀਆ ਮਿੱਤਰ ਨੇ ਮਾਲਵੀਰ ਸਾਹਿਬ ਦੇ ਬਹੁਤ ਬਹੁਤ ਮਿੱਤਰ ਨੇ ਸ਼ਾਇਰੀ ਨੂੰ ਕਲਾਕਾਰੀ ਨੂੰ ਬੇਹੱਦ ਪਿਆਰ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਬੜੀ ਬਹਿ ਪੇਕਿਆਂ ਦੇ ਮਾਣ ਲਈਆਂ ਮੌਜਾਂ ਪੇਕਿਆਂ ਦੇ ਮਾਣ ਲਈਆਂ ਸਹੁਰਿਆਂ ਦੇ ਪਿੰਡ ਅੜ ਕੇ ਸਹੁਰਿਆਂ ਦੇ ਪਿੰਡ ਅੜ ਕੇ ਜ਼ਿੰਮੇਵਾਰੀਆਂ ਨੇ ਆਣ ਪਈਆਂ ਓ ਜ਼ਿੰਮੇਵਾਰੀਆਂ ਨੇ ਆਣ ਪਈਆਂ ਜ਼ਿੰਮੇਵਾਰੀਆਂ ਨੇ ਆਣ ਪਈਆਂ ਸਾਡੇ ਮੇਰੇ ਬਹੁਤ ਸਤਿਕਾਰਯੋਗ ਕੁਲਦੀਪ ਕੌਰ ਜੀ ਤੇ ਸ਼ਰੀਫ ਲਿਆਏ ਨੇ ਸੰਧੂ ਸਾਹਿਬ ਨਾਲ ਜਿਹਦਾ ਹਿੱਟ ਰਿਕਾਰਡ ਸੀ ਮੇਰੇ ਘੱਗਰੇ ਦੀ ਵੀ ਰੌਣ ਭਿੱਜ ਗਈ ਮੈਂ ਵੀ ਕਈ ਵਾਰੀ ਗਾਇਆ ਜੀ ਇਹਨਾਂ ਦੇ ਨਾਲ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਜੇ ਦਾ ਲੱਗੇ ਅੱਜ ਵੀ ਲਾਵਾਂਗੇ ਆਪਾਂ ਕੋਈ ਗੱਲ ਨਹੀਂ ਮੈਨੂੰ ਬਣ ਦੇ ਇੱਕ ਮਿੰਟ ਮੈਂ ਸੋਰੀ ਫੀਲ ਕਰਦਾ ਸੋਰੀ ਨਹੀਂ ਬਹੁਤ ਵੱਡੀ ਗੁਸਤਾਖੀ ਆ ਵੀ ਸਦੀਕ ਸਾਹਿਬ ਆ ਕੇ ਬਹਿ ਗਏ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੈਂ ਮਾਫੀ ਮੰਗਦਾ ਉਹਨਾਂ ਦੇ ਹੱਥ ਭਰ ਕੇ ਕੋਈ ਮੈਂ ਦੇਖਿਆ ਨੀਗਾ ਜੀ ਕਦੀ ਵੀ ਇਹ ਗਲਤੀ ਨਹੀਂ ਹੋ ਸਕਦੀ ਕਦੀ ਵੀ ਗਲਤੀ ਨਹੀਂ ਹੋ ਸਕਦੀ ਇੱਕ ਵਾਰੀ ਥੋੜ੍ਹਾ ਸੌ ਵਾਰੀ ਕਹਿੰਦੇ ਕਦੀ ਗਲਤੀ ਹੋ ਸਕਦੀ ਕਿਉਂਕਿ ਮੈਂ ਰਿਪੀਟ ਨਾ ਕਰੋ ਮੈਂ ਇਸ ਕਰਕੇ ਬਹੁਤ ਅਦਬ ਸਤਿਕਾਰ ਨਾਲ ਕਹਿੰਦਾ ਕਿ ਦਰਦਾਰ ਸੰਧੂ ਸਾਹਿਬ ਇੰਨਾ ਸਤਿਕਾਰ ਕਰਦੇ ਸੀ ਉਹਨਾਂ ਦੇ ਬਾਕਾਇਦਾ ਉਸਤਾਦ ਨੇ ਮੇਰੇ ਵੱਡੇ ਗੁਰਭਾਈ ਨੇ ਸੰਧੂ ਸਾਹਿਬ ਨੇ ਕਦੀ ਵੀ ਇਹਨਾਂ ਸਾਹਮਣੇ
ਉੱਚੀ ਆਵਾਜ਼ 'ਚ ਵੀ ਗੱਲ ਕਰੀ, ਉਹਨਾਂ ਕਹਿੰਦਾ ਜਦੋਂ ਜੋ ਉਸਤਾਦ ਜੀ ਕਹਿੰਦੇ ਠੀਕ ਹੈ, ਜੋ ਉਸਤਾਦ ਜੀ ਕਹਿੰਦੇ ਆ। ਮੈਂ ਅੱਜ ਕੱਲ੍ਹ ਜਿਹੜੇ ਸ਼ਾਗਿਰਦ ਨੇ 2 ਮਿੰਟਾਂ ਬਾਅਦ ਕਹਿੰਦੇ ਇਹਨੂੰ ਆਉਂਦਾ ਕੀ ਆ, ਇਹਨੂੰ ਬਾਅਦ ਮੈਨੂੰ 20 ਰਾਗ ਆਉਂਦੇ ਆ। ਉਹਨਾਂ ਲਾਸਟ ਮੂਮੈਂਟ ਤੱਕ ਕਦੀ ਵੀ ਮੈਂ, ਕਿਉਂਕਿ ਜ਼ਿੰਦਗੀ ਦਾ ਸਫ਼ਰ ਉਹਨਾਂ ਨਾਲ ਬਹੁਤ ਕੀਤਾ, ਇੰਨਾ ਅਦਬ ਸਤਿਕਾਰ ਮੈਂ ਕਿਸੇ ਇਨਸਾਨ ਦਾ ਨਹੀਂ ਦੇਖਿਆ ਜਿਹਨਾਂ ਉਹ ਕਰਦੇ ਸੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਪਿਓ ਦਾ ਪੁੱਤ ਆਹੀ ਕਸਰ ਜਿਹੜੀ ਤੂੰ ਕੱਢਣ ਲੱਗੇ। ਇਹ ਦੀਪਾ ਸੀਨੀਅਰ ਕਲਾਕਾਰ ਆ ਜੀ, ਜੇ ਆਪਾਂ ਇਹ ਕੰਮ ਕਰਨ ਲੱਗੇ ਬਾਕੀ ਕੀ ਕਰਨਗੇ। ਬਹਿ ਜਾਓ, ਬਹਿ ਜਾਓ, ਬਹਿ ਜਾਓ, ਬਹਿ ਜਾਓ, ਬਹਿ ਜਾਓ, ਕਿਉਂਕਿ ਬਹੁਤ ਚਮਕੀਲਾ ਜੀ ਨਾਲ ਬਹੁਤ ਵੱਡਾ ਕੰਮ ਕੀਤਾ, ਜਿੰਨੀ ਵਧੀਆ ਤੁੰਬੀ ਵਜਾਈ, ਤੁਹਾਡਾ ਬਹੁਤ ਬਹੁਤ ਸਤਿਕਾਰ ਹੈ, ਬਹੁਤ ਬਹੁਤ। ਬਿੱਟੂ ਜੀ ਬਾਬਾ ਇਕੱਠੇ ਹੋਏ ਦਰਿਆ ਦੋਨੇ, ਇਕੱਠੇ ਹੋਏ ਦਰਿਆ ਦੋਨੇ, ਇਕੱਠੇ ਹੋਏ ਦਰਿਆ ਦੋਨੇ, ਇਕੱਠੇ ਹੋਏ ਦਰਿਆ ਦੋਨੇ, ਇਕੱਠੇ ਹੋਏ ਦਰਿਆ। ਹਾਂਜੀ ਸੰਧੂ ਸਾਹਿਬ ਦਾ ਬਾਬਾ ਸ਼ੁਕਰੀ। ਇਕੱਠੇ ਹੋਏ ਦਰਿਆ ਦੋਨੇ, ਇਕੱਠੇ ਹੋਏ ਦਰਿਆ ਦੋਨੇ, ਪਾਲੀ ਤੇ ਸੰਦੀਲੇ ਵਰਗੇ, ਪਾਲੀ ਤੇ ਸੰਦੀਲੇ ਵਰਗੇ, ਮੇਰੇ ਕੁੜੀ ਉਹ ਪਰਾ ਦੋਨੇ, ਹੋ ਮੇਰੇ ਕੁੜੀ ਉਹ ਪਰਾ ਦੋਨੇ, ਮੇਰੇ ਕੁੜੀ ਉਹ ਪਰਾ ਦੋਨੇ। ਕਦੇ ਦੁੱਖ ਨਾ ਕਰੀਬ ਹੋਵੇ, ਕਦੇ ਦੁੱਖ ਨਾ ਕਰੀਬ ਹੋਵੇ, ਧੀਆਂ ਜੇ ਤੂੰ ਤਿੰਨਾ ਮਾਲਕਾ, ਧੀਆਂ ਜੇ ਤੂੰ ਤਿੰਨਾ ਮਾਲਕਾ, ਫਿਰ ਚੰਗੀ ਤਕਦੀਰ ਹੋਵੇ, ਓ 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 ਫਿਰ ਚੰਗੀ ਤਕਦੀਰ ਹੋਵੇ। ਅੱਗਾਂ ਬੜੀ ਦੱਸਦੀਆਂ, ਬਾਗ ਵਿੱਚ ਹੱਸਦੀਆਂ। ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿੰਨੇ ਪਤਵੰਤ ਸੱਜਣ ਤੇ ਸ਼ੀਵ ਲਿਆਏ ਨੇ। ਕਰਨ ਬਰਾੜ ਦੀ ਫਰਮਾਇਸ਼ ਹੈ, ਇੱਕ ਮੇਰਾ ਗੀਤ ਸੀ ਪੋਹ ਦੀ ਚਾਨਣੀ, ਗਰੀਬ ਦੀ ਜਵਾਨੀ ਬਿਨਾਂ ਮਾਣੇ ਲੰਘ ਜਾਂਦੀ ਆ। ਇੱਕ ਹੋਰ ਫਰਮਾਇਸ਼ ਹੈ ਅੱਡੇ ਉੱਤੇ ਸੱਜਣ ਖੜੇ ਮਾਰ ਕੇ ਪੁੱਛਦੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ। ਇੱਕ ਗੀਤ ਗਾ ਦਿੰਦਾ ਕੋਈ, ਕਿਉਂਕਿ ਸਾਡੇ ਸਾਰੇ ਸਤਿਕਾਰਯੋਗ ਸਾਰੇ ਨੇ ਗਾਉਣਾ, ਕਿਉਂਕਿ ਮੈਂ ਤੇ ਸੰਧੂ ਸਾਹਿਬ ਦੇ ਨਾਲ ਇੱਥੇ ਬਹਿ ਕੇ ਬਹੁਤ ਕਿਤੋਂ ਮੈਂ 45-50 ਸਾਲ ਤੋਂ ਆਉਣਾ। ਸਦੀਕ ਸਾਹਿਬ ਤਾਂ ਪਤਾ ਨਹੀਂ ਜਦ ਸ਼ੁਰੂ ਹੋਇਆ, ਜਦ ਇਹ ਤਾਂ ਜਦੋਂ ਸੰਧੂ ਸਾਹਿਬ ਦਾ ਵਿਆਹ ਹੋਇਆ, ਸਰਦਾਰ ਸਾਧੂ ਸਿੰਘ ਨੇ ਰਿਸ਼ਤਾ ਕਰਾਇਆ, ਜਦ ਦੀਆਂ ਗੱਲਾਂ ਦੱਸਦੇ ਹੁੰਦੇ ਆ। ਇਹ ਤਾਂ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਇੱਕ ਗੀਤਕਾਰ ਕਿਹੜਾ ਕਰਦਾ ਜੀ? ਹਾਂਜੀ ਪੋਹ ਦੀ ਚਾਨਣੀ।
ਇੱਕ ਹੋਰ ਫਰਮਾਇਸ਼ ਸ਼ਾਹ ਦਾ ਕਰਜ਼ ਬਰੋ ਕਰ ਦੇਣਾ, ਸ਼ਾਹ ਦਾ ਕਰਜ਼ ਅੱਧਾ ਸੁਰ ਚੱਕ ਲਾ, ਅੱਧਾ ਹੋਰ ਚੱਕ ਲਾ, ਅੱਧਾ ਚੱਕ ਲਾ। ਸ਼ਾਹ ਦਾ ਕਰਜ਼ ਬਰਾ ਦਰਦ ਮਾਣਕ ਸਾਹਿਬ, ਤੁਸੀਂ ਤਾਂ ਬਹੁਤ ਵੱਡੇ ਕਲਾਕਾਰ ਹੋ, ਅਸੀਂ ਤੁਹਾਡੇ ਚਰਨਾਂ 'ਚ ਤੂੜਿਆ ਅੜਾਇਓ ਨਾ, ਚੂਰ ਤੂੜ ਨੂੰ ਪੈਦਾ 'ਚ ਰਹਿਣ ਦਿਓ, ਵਜਾਓ ਵਜਾਓ। ਬਿੱਟੂ ਜੀ ਦੀ ਬਹੁਤ ਵਧੀਆ ਸਾਊਂਡ ਹੈ, ਸਭ ਤੋਂ ਵਧੀਆ ਪੰਜਾਬ ਦੀ। ਬਿੱਟੂ ਜੀ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਦਰਦ ਅਸੀਂ ਨਕਾਬ ਲਗਾ ਦੀ ਮੈਂ ਫੁੱਲ ਕੀਤੀ, ਅਸੀਂ ਨਕਾਬ ਲਗਾ ਦੀ ਚਾਕਰੀ ਨੀ ਕੀਤੀ, ਜੇ ਨੌਕਰ ਵੀ ਹੋਇਆ ਤੈਨੂੰ ਆਬਾਦ ਹੋਇਆ, ਅਸੀਂ ਨਕਾਮ ਲੱਗਾ ਦੀ ਚਾਕਰੀ ਨਹੀਂ ਕੀਤੀ, ਜੇ ਨੌਕਰ ਵੀ ਹੋਇਆ ਨੂੰ ਆਬਾਦ ਹੋਇਆ, ਅਸੀਂ ਕਿੱਕਰਾਂ ਤੇ ਕੰਡਿਆਂ ਦੀ ਰਾਖੀ ਨਹੀਂ ਕੀਤੀ, ਜੇ ਰਾਖੇ ਵੀ ਹੋਇਆ ਤੇ ਬਾਗਾਂ ਦੇ ਹੋਇਆ, ਅਸੀਂ ਚੀਲਾਂ ਤੇ ਕਾਮਾਂ ਦਾ ਸ਼ਿਕਾਰ ਨਹੀਂ ਕੀਤਾ, ਜੇ ਸ਼ਿਕਾਰ ਵੀ ਬਣਿਆ ਤੇ ਬਾਜਾਂ ਦੇ ਹੋਇਆ, ਅਸੀਂ ਪੰਗੀ ਤੇ ਪੋਸਤੀ ਦੀ ਮਹਿਫਲ ਨਹੀਂ ਕੀਤੀ, ਅਸੀਂ ਪੰਗੀ ਤੇ ਪੋਸਤੀ ਦੀ ਮਹਿਫਲ ਨਹੀਂ ਕੀਤੀ, ਜੇ ਆਦੀ ਵੀ ਹੋਇਆ ਤੇ ਸ਼ਰਾਬਾਂ ਦੇ ਹੋਇਆ, ਜੇ ਆਦੀ ਵੀ ਹੋਇਆ ਤੇ ਸ਼ਰਾਬਾਂ ਦੇ ਹੋਇਆ। ਸ਼ਾਹਾਂ ਦਾ ਕਰਜ਼ ਬੁਰਾ, ਜਿਗਰ ਦਾ ਦਰਦ ਬੁਰਾ। ਸਦੀਕ ਸਾਹਿਬ ਬੈਠੇ ਨੇ ਮੇਰੇ ਸਾਹਮਣੇ, ਬਾਂਸਲ ਸਾਹਿਬ ਆਉਂਦੇ ਆ। ਸਦੀਕ ਸਾਹਿਬ ਕੋਲ ਮੈਂ ਗੀਤ ਲੈ ਕੇ ਬਹੁਤ ਗਿਆ, ਪਰ ਇਹਨਾਂ ਨੇ ਮੇਰੇ ਗੋਲੇ ਬਹੁਤ ਬਹੁਤ ਮਿਹਰਬਾਨੀ, ਬਾਂਸਲ ਸਾਹਿਬ ਤਾੜੀਆਂ ਮਾਰ ਦਿਓ। ਸਦੀਕ ਸਾਹਿਬ ਨੇ ਮੈਨੂੰ ਧੂੜ 'ਚ ਹੀ ਡਾਤਾ, ਆਖਿਰਕਾਰ ਮੇਰੀ ਜਗਮੋਹਣ ਕੌਰ ਨੇ ਸੁਣੀ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ, ਇਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ, ਕਿਉਂਕਿ ਇਹਨਾਂ ਦੇ ਵੱਡਿਆਂ ਦਾ ਆਸ਼ੀਰਵਾਦ ਹੁੰਦਾ, ਵੱਡਿਆਂ ਦੇ ਕਈ ਵਾਰੀ ਝਟਕਾਂ ਹੀ ਚੰਗੀਆਂ ਬਣ ਜਾਂਦੀਆਂ, ਇਹਨਾਂ ਝਟਕਾਂ ਹੀ ਰਾਸ ਆ ਗਈਆਂ। ਬਹੁਤ ਬਹੁਤ ਸ਼ੁਕਰੀਆ, ਨਾ ਤਾੜੀਆਂ ਮਾਰ, ਜਗਮੋਹਣ ਕੌਰ ਦੇ ਨਾਮ ਦੀ ਤਾੜੀ ਮਾਰੋ, ਉਹਨਾਂ ਨੇ ਮੈਨੂੰ ਇਸ ਰੋਟੀ ਰੋਜੀ ਪਾਇਆ। ਮੈਂ ਅਕਸਰ ਕਹਿੰਦਾ ਹਾਂ ਨਾ ਉਹਦੇ ਬੱਚਿਆਂ ਨੂੰ ਵੀ ਤੁਹਾਡੀ ਉਹ ਜਨਮਦਾਤੀ ਹੈ, ਮੇਰੀ ਅੰਨਦਾਤੀ ਸੀ, ਉਹਨੇ ਮੈਨੂੰ ਰੁਜ਼ਗਾਰ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਸ਼ਾਹ ਦਾ ਕਰਜ਼ ਬੁਰਾ, ਜਿਗਰ ਦਾ ਦਰਦ ਬੁਰਾ, ਫੱਕਰ ਦੀ ਮਾਰ ਬੁਰੀ, ਬੱਗਾ ਨੀ ਨਾਰ ਬੁਰੀ, ਮਿੱਤਰਾਂ ਦੇ ਗਲ ਤੇ ਜੋ ਹੱਥ ਧਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ। ਵਾਹ ਜੱਗਿਆ, ਦੀਪ ਕੌਰ ਦਾ ਬੇਟਾ, ਵਾਹ ਵਾਹ ਵਾਹ। ਬਈ ਮੈਂ ਸੋਰੀ ਕਰੂੰਗਾ, ਇਹ ਦਦਾਰ ਸੰਧੂ ਸਾਹਿਬ ਦਾ ਪੋਤਾ ਵਾ, ਇਹ ਮੀਤ ਡੇਲੋ ਦਾ ਬੇਟਾ, ਮੀਤ ਡੇਲੋ, ਕਿਉਂਕਿ ਸੰਧੂ ਸਾਹਿਬ ਦਾ ਬਹੁਤ ਚਹੇਤਾ ਸ਼ਿਗਰਦ ਸੀ, ਉਹਨਾਂ ਦਾ ਬੇਟਾ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਉਹ
ਮਾੜੇ ਤੋਂ ਨਾ ਜਾਂਦਾ ਮੋੜਿਆ ਉਧਾਰ ਹੈ, ਮਾੜੇ ਤੋਂ ਨਾ ਜਾਂਦਾ ਮੋੜਿਆ ਉਧਾਰ ਹੈ, ਹਰੀ ਵੇਲੇ ਚੜਿਆ ਰਹਿੰਦਾ ਬੁਕਾਰ ਹੈ, ਹਰੀ ਵੇਲੇ ਚੜਿਆ ਰਹਿੰਦਾ ਬੁਕਾਰ ਹੈ। ਸ਼ਾਹੂ ਕਰ ਸਖਤ ਬੁਰਾ ਹੁੰਦਾ ਉਹ ਵਕਤ ਬੁਰਾ, ਸ਼ਾਹੂ ਕਰ ਸਖਤ ਬੁਰਾ ਹੁੰਦਾ ਉਹ ਵਕਤ ਬੁਰਾ, ਪੈਸਿਆਂ ਨੂੰ ਸੇਠ ਜਾ ਕਲਵਾਂ ਫੜਦਾ, ਪਰ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ। ਬਾਬਾ ਧਰਮਾ ਭਾਈ ਦਾ ਸ਼ੁਕਰੀਆ। ਉਹਦਾ ਰੱਬ ਵੀ ਨੀ ਰੁੱਸਦਾ ਰੱਬ ਦੀ ਸੋ, ਜਿਹਨੂੰ ਯਾਰ ਮਨਾਉਣ ਦਾ ਚੱਜ ਹੋਵੇ ਉਹਨੂੰ ਮੱਕੇ ਜਾਣ ਦੀ ਲੋੜ ਨਹੀਂ, ਜਿਹਨੂੰ ਯਾਰ ਦੇ ਵੇਖਿਆ ਹੱਜ ਹੋਵੇ। ਸਾਡੇ ਮਾਨ ਸਾਹਿਬ ਬਹੁਤ ਵੱਡੇ ਗੀਤਕਾਰ ਨੇ, ਚੌਕੀ ਬਾਰ ਵਾਲੇ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮਾਰੇ ਹੋਏ ਸੋਹਣੀਆਂ ਨਾਰਾਂ ਦੇ ਪਿਆਰ ਦੇ, ਮਾਰੇ ਹੋਏ ਸੋਹਣੀਆਂ ਨਾਰਾਂ ਦੇ ਪਿਆਰ ਦੇ, ਪੁੱਤ ਸਰਦਾਰਾਂ ਦੇ ਕਈ ਮੱਝਾਂ ਚਾਰ ਦੇ, ਪੁੱਤ ਸਰਦਾਰਾਂ ਦੇ ਕਈ ਮੱਝਾਂ ਚਾਰ ਦੇ। ਹੁੰਦੀ ਆ ਹਾਰ ਬੁਰੀ ਅੱਖ ਦੀ ਮਾਰ ਬੁਰੀ, ਹੁੰਦੀ ਆ ਹਾਰ ਬੁਰੀ ਅੱਖ ਦੀ ਮਾਰ ਬੁਰੀ, ਜੱਗੇ ਪਾਗਾਂ ਵਾਲਾ ਕੋਈ ਇਹਨੂੰ ਜਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ। ਸਾਡੇ ਥਾਣੇਦਾਰ ਸਾਹਿਬ ਬਹੁਤ ਸਾਰਾ ਪਿਆਰ ਦੇ ਕੇ, ਛੋਟਾ ਵੀਰ ਹੈ, ਬੜਾ ਬੰਗਲਾ ਇੱਕ ਬਾਈ ਚਮਕੀਲੇ ਨੇ ਰਿਕਾਰਡ ਕਰਵਾਇਆ ਸੀ ਮਾਲਵੀ ਸਾਹਿਬ ਦਾ ਤਾਰਿਆਂ ਦੀ ਲੋਏ ਲੋਏ, ਕਿਉਂਕਿ ਹੋਰ ਕਲਾਕਾਰਾਂ ਨੇ ਗਾਉਣਾ ਜੇ ਕਲਦੀਪ ਟਾਈਮ ਮਿਲਿਆ, ਕਿਉਂਕਿ ਘਰ ਦਾ ਪ੍ਰੋਗਰਾਮ ਆ, ਇਹ ਨਾ ਹੋਏ ਘਰ ਦੀਆਂ ਗੱਡੀਆਂ ਗੱਡਾ ਸੋ ਡਰਾਈਵਰ ਆਪ ਹੀ ਲੱਗਿਆ ਪਿਆ, ਇਸ ਕਰਕੇ ਮੈਂ ਪੁੱਛੂੰਗਾ ਜੇ ਉਹਨਾਂ ਕੋਲ ਟਾਈਮ ਹੋਇਆ ਜ਼ਰੂਰ ਕਰ ਦੂੰਗਾ। ਜੱਗਾ ਬਾਬਾ ਜੀ ਨੂਰਪੁਰ ਆ, ਜੱਗਾ ਬਾਬਾ ਜੀ ਬਹੁਤ ਸਾਰਾ ਨਾਮ। ਤੇਰੀ ਡੋਲੀ ਉੱਠੀ ਮੇਰਾ ਜਨਾਜ਼ਾ ਉੱਠਾ, ਸਾਡੇ ਕੁਲਦੀਪ ਕੌਰ ਜੀ ਦਾ ਬੇਟਾ ਜੀ, ਬਾ ਪਿਆਰੇ ਕਲਾਕਾਰ ਨੇ, ਸਾਡਾ ਆਪਦਾ ਬੱਚਾ, ਤਾੜੀ ਮਾਰੋ ਜ਼ੋਰ ਦਾ, ਦੋ ਬਹੁਤ ਬਹੁਤ ਵਧੀਆ। ਤੇਰੀ ਡੋਲੀ ਉੱਠੀ ਮੇਰਾ ਜਨਾਜ਼ਾ ਉੱਠਾ, ਚਾਰ ਤੇਰੇ ਬੀਤੇ ਚਾਰ ਮੇਰੇ ਬੀਤੇ, ਫੂਲ ਤੁਝ ਪੇ ਬੀਤੇ ਫੂਲ ਮੁਝ ਪੇ ਬੀਤੇ, ਲਾਲ ਤੁਝ ਪੇ ਬੀਤੇ ਲਾਲ ਮੁਝ ਪੇ ਬੀਤੇ, ਰੋਤੇ ਤੇਰੇ ਬੀਤੇ ਰੋਤੇ ਮੇਰੇ ਬੀਤੇ, ਪਰ ਤੁਝ ਮੇ ਯਾਰ ਮੁਝ ਮੇ ਫਰਕ ਕਿਤਨਾ ਥਾ ਐ ਨਾਜ਼ਨੀ, ਤੂੰ ਜਹਾਂ ਮੇ ਆ ਰਹੀ ਥੀ
ਮੈਂ ਜਹਾਂ ਸੇ ਜਾ ਰਹਾ ਥਾ ਸੁਖਵੰਤ ਸਿੰਘ ਜੀ ਸਰਪੰਚ ਸਾਹਿਬ ਕੋਠੇ ਕੌਰ ਸਿੰਘ ਬਠਿੰਡਾ ਦਾ ਬਹੁਤ ਬਹੁਤ ਨਾਮ ਬਹੁਤ ਬਹੁਤ ਡੁੱਬੇ ਨਾ ਕਿਤੇ ਬਈ ਸੰਤਾਂ ਦਾ ਤਾਰਿਆ ਡੁੱਬੇ ਨਾ ਕਿਤੇ ਬਈ ਸੰਤਾਂ ਦਾ ਤਾਰਿਆ ਬੱਚੇ ਨਾ ਤੁਰੋਂ ਕੋਈ ਸਾਧਾਂ ਦਾ ਮਾਰਿਆ ਬੱਚੇ ਨਾ ਤੁਰੋਂ ਕੋਈ ਸਾਧਾਂ ਦਾ ਮਾਰਿਆ ਪੁੱਤਰ ਆਜ਼ਾਦ ਬੁਰਾ ਗੁੱਸੇ ਵਿੱਚ ਸਾਧ ਬੁਰਾ ਪੁੱਤਰ ਆਜ਼ਾਦ ਬੁਰਾ ਗੁੱਸੇ ਵਿੱਚ ਸਾਧ ਬੁਰਾ ਉਸ ਵੇਲੇ ਸਾਧ ਕੋਲ ਰੱਬ ਡਰਦਾ ਸਭ ਤੋਂ ਬੁਰਾ ਜੋ ਯਾਰ ਬਾ ਕਰਦਾ ਸਭ ਤੋਂ ਬੁਰਾ ਜੋ ਯਾਰ ਬਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਬਾਰ ਕਰਦਾ ਤਾਂਦਰੇ ਦਵਾਣਾ ਨਹੀਂ ਸੰਦੀਲਾ ਭੁੱਲਦਾ ਤਾਂਦਰੇ ਦਵਾਣਾ ਨਹੀਂ ਸੰਦੀਲਾ ਭੁੱਲਦਾ ਤਾਂਦਰੇ ਦਵਾਣਾ ਨਹੀਂ ਸੰਦੀਲਾ ਭੁੱਲਦਾ ਸੱਜਣਾ ਦਾ ਪਿਆਰ ਜਿਹਦੇ ਨਾਲ ਤੁਲਦਾ ਸੱਜਣਾ ਦਾ ਪਿਆਰ ਜਿਹਦੇ ਨਾਲ ਤੁਲਦਾ ਹੱਦੋਂ ਵੱਧ ਪਿਆਰ ਬੁਰਾ ਹੁੰਦਾ ਉਹ ਯਾਰ ਬੁਰਾ ਹੱਦੋਂ ਵੱਧ ਪਿਆਰ ਬੁਰਾ ਹੁੰਦਾ ਉਹ ਯਾਰ ਬੁਰਾ ਯਾਰ ਦੀ ਤਰੱਕੀ ਵੇਖ ਜਿਹੜਾ ਸੜਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਕਿਉਂਕਿ ਇੰਨੀ ਹਾਜ਼ਰੀ ਕਬੂਲ ਬਹੁਤ ਸਾਰੇ ਕਲਾਕਾਰਾਂ ਨੇ ਹਾਜ਼ਰੀ ਲਾਉਣੀ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਕਿਆ ਕਰੇ ਹੱਥ ਬੰਨ ਕੇ ਮਾਫ਼ੀ ਚਾਹਦਾ ਸਦੀਕ ਸਾਹਿਬ ਤੋਂ ਜ਼ਿਆਦਾ ਮੰਗਦਾ ਸਦੀਕ ਸਾਹਿਬ ਮੈਂ ਬੜੇ ਅਦਬ ਸਤਿਕਾਰ ਨਾਲ ਸਾਡੇ ਇਸ ਸਦੀ ਦੇ ਵੱਡੇ ਕਲਾਕਾਰ ਮੈਂ ਕਹਿੰਦਾ ਹੁੰਦਾ ਕਿਉਂਕਿ ਜਿੰਨੀ ਕਲਾਕਾਰੀ 'ਚ ਸਾਨੂੰ ਸਾਰੇ ਕਲਾਕਾਰਾਂ ਨੂੰ ਉਹਨਾਂ ਮਾਰਗਦਰਸ਼ਨ ਦਿਖਾਇਆ ਕਿਉਂਕਿ ਇੱਕ ਮੈਂ ਪ੍ਰੈਕਟੀਕਲੀ ਗੱਲ ਦੱਸਦਾ ਵੀ ਪਹਿਲਾਂ ਕਲਾਕਾਰ ਚਾਰ ਚਾਰ ਪੰਜ ਪੰਜ ਘੰਟੇ ਗਾਈ ਜਾਂਦੇ ਵੀ ਝੋਨਾ ਝਾੜਨ ਆਏ ਹੋਏ ਆ ਸਦੀਕ ਸਾਹਿਬ ਨੇ 2 ਘੰਟੇ ਦਾ ਟਾਈਮ ਫਿਕਸ ਕੀਤਾ ਵੀ 2 ਘੰਟੇ ਪ੍ਰੋਗਰਾਮ ਦੀ ਲਿਮਿਟ ਹੁੰਦੀ ਆ ਉਸ ਤੋਂ ਬਾਅਦ ਕਲਾਕਾਰ ਦਾ ਪ੍ਰੋਗਰਾਮ ਖਤਮ ਹੋ ਜਾਂਦਾ ਜੇ ਕੋਈ ਫਿਰ ਲਵਾਊਗਾ ਇਹਦਾ ਮਤਲਬ ਉਹ ਓਵਰ ਟਾਈਮ ਲਵਾ ਰਿਹਾ ਇਹ ਸਦੀਕ ਸਾਹਿਬ ਦੀ ਦੇਣ ਆ ਇੱਕ ਅੱਗੇ ਪੈਸੇ ਹੁੰਦੇ ਵੀ ਕੱਲ੍ਹ ਨੂੰ ਲੈ ਲਓ ਕੱਲ੍ਹ ਫੁੱਫੜ ਬਿਮਾਰ ਹੋ ਗਿਆ ਫਲਾਣੇ ਦੀ ਜੇਬ ਕੱਟੇਗੀ ਵੀ ਚੌਥੇ ਨੂੰ ਪੈਸੇ ਲੈ ਲਓ ਸਦੀਕ ਸਾਹਿਬ ਨੇ ਸਾਨੂੰ ਦੱਸਿਆ ਵੀ ਜੋ ਪੈਸੇ ਜਾਂਦੇ ਪਹਿਲਾਂ ਫੜ ਲਿਆ ਕਰੋ ਇਹ ਵੀ ਸਾਰੇ ਕਲਾਕਾਰ ਵਾਸਤੇ ਚੰਗਾ ਕੰਮ ਕੀਤਾ ਇਹਨਾਂ ਨੇ 2 ਚੀਜ਼ਾਂ ਵਾਸਤੇ ਇਹਨਾਂ ਤਾੜੀ ਮਾਰ ਦਿਓ ਹੁਣ 3 ਗੱਲ ਇਹ ਆ ਵੀ ਉਹ ਆਉਣਗੇ ਪਤਾ ਨਹੀਂ ਮੈਨੂੰ ਕੀ ਕਹਿਣਗੇ ਮੈਂ ਇਹ ਵੀ ਕੋਲ ਖੜੂੰਗਾ ਮੈਂ ਨਗਦੀ ਲੈ ਲੈਣਾ ਜੋ ਉਹਨਾਂ ਦੇਣਾ ਜ਼ੋਰਦਾਰ ਤਾੜੀ ਸਦੀਕ ਸਾਹਿਬ ਵਾਸਤੇ ਜ਼ੋਰਦਾਰ ਆ ਜਾਓ ਜੀ ਡਾਕਾ ਸਾਹਿਬ ਤੁਸੀਂ ਵੀ ਆ ਜਾਓ ਤੁਸੀਂ ਵੈਸੇ ਕੈਟਾਗਰੀ 'ਚੋਂ ਬਾਬਾ ਜੀ ਨਹੀਂ ਤੁਹਾਡਾ ਸਾਰੇ ਇੱਕੋ ਹੀ ਸਟੇਟਸ ਹੈ ਸਾਰਿਆਂ ਦਾ ਗਰੇਵਾਲ ਸਾਹਿਬ ਗਰੇ ਸਾਹਿਬ ਉਹ ਚੰਗੇ ਆ ਜਿੰਨੇ ਬੁਰੇ ਲਾਈਨ 'ਚ ਬੈਠੇ ਨੇ ਸਾਡੇ ਪਾਸ ਸਾਰੇ ਉਹੋ ਜਿਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਦੀਕ ਸਾਹਿਬ ਆਓ ਮੈਂ ਆਪਾਂ ਮੈਂ ਜਾਣਾ ਫੜੋ ਬਈ ਆ ਫੜੋ ਸਮਾਨ ਆਪਦਾ